हेलो स्टूडेंट्स, असी कर रहे हैं क्लास 9th चैप्टर 7 ट्रायंगल्स एक्सरसाइज 7.1 क्वेश्चन थर्ड। क्वेश्चन थर्ड ਦੇ ਵਿੱਚ ਸਾਡੇ ਕੋਲ ਇੱਕ ਫਿਗਰ ਦਿੱਤੀ ਗਈ ਹੈ ਇਸ ਤਰ੍ਹਾਂ। ਸੋ ਗਿਵਨ ਸਾਡੇ ਕੋਲ ਕੀ ਹੈ ਕਿ AD ਲੰਬ ਹੈ AB, ਜਦੋਂ ਵੀ ਲੰਬ ਹੁੰਦਾ ਹੈ ਤਾਂ ਸਾਡੇ ਕੋਲ 90 ਡਿਗਰੀ ਦਾ ਕੋਣ ਜਿਹੜਾ ਉਹ ਬਣਦਾ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ। ਸੋ ਦੇਖੋ AD ਲੰਬ ਹੈ, ਸਾਡੇ ਕੋਲ AB ਤੇ 90 ਡਿਗਰੀ ਦਾ ਐਂਗਲ ਬਣ ਗਿਆ। ਇਸ ਤਰ੍ਹਾਂ BC ਜਾਂ CB ਲੰਬ ਹੈ AB ਤੇ, ਤਾਂ ਸਾਡੇ ਕੋਲ 90 ਦਾ ਐਂਗਲ ਜਿਹੜਾ ਉਹ ਬਣ ਰਿਹਾ ਹੈ। ਸੋ ਸਿੱਧ ਕਰਨਾ ਹੈ CD AB ਨੂੰ ਸਮਦੁਭਾਜਕ ਕਰਦੀ ਹੈ। ਸਮਦੁਭਾਜਕ ਦਾ ਮਤਲਬ ਬਾਈਸੈਕਟ, ਮਤਲਬ ਕਿ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ। ਸੋ ਇਹ ਲਾਈਨ ਦੱਸਣਾ ਹੈ ਕਿ DC ਜਿਹੜੀ ਹੈ ਇਸ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ, ਮਤਲਬ ਕਿ ਇਹ ਵਾਲਾ ਭਾਗ ਤੇ ਇਹ ਵਾਲਾ ਭਾਗ ਦੋਵੇਂ ਜਿਹੜੇ ਕਿ ਉਹ ਬਰਾਬਰ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਦੱਸਣਾ ਹੈ ਕਿ AO ਬਰਾਬਰ ਹੈ BO ਜਾਂ OB। BO ਤਾਂ ਅਸੀਂ ਇਹ ਚੀਜ਼ ਦੱਸਣੀ ਹੈ, ਠੀਕ ਹੈ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਇਹੀ ਦੇਖਣਾ ਹੈ ਅਸੀਂ ਕਿ ਸਾਡੇ ਕੋਲ ਗਿਵਨ ਕੀ ਦਿੱਤਾ ਹੈ, ਉਸ ਦੇ ਆਧਾਰ 'ਤੇ ਕਿਹੜੀਆਂ ਦੋ ਤ੍ਰੈਭੁਜ ਜਿਹੜੀਆਂ ਸਾਡੇ ਕੋਲ ਬਣ ਰਹੀਆਂ ਹਨ। ਸੋ ਅਸੀਂ ਲਿਖਦੇ ਹਾਂ ਤ੍ਰੈਭੁਜ AOD ਅਤੇ ਤ੍ਰੈਭੁਜ BOC ਵਿੱਚ। ਸੋ ਦੋ ਤ੍ਰੈਭੁਜਾਂ ਦੀ ਗੱਲ ਕਰਦੇ ਹਾਂ ਅਸੀਂ, ਜਿਸ ਦੇ ਵਿੱਚ ਸਾਡੇ ਕੋਲ ਦੇਖੋ ਵਨ ਲਾਈਨ, ਇਹਦਾ ਮਤਲਬ ਕਿ BC ਇਜ਼ ਇਕੁਅਲ ਟੂ ਹੈ AD। ਅਸੀਂ ਲਿਖਾਂਗੇ AD ਬਰਾਬਰ ਹੈ BC। ਸੋ ਇਹ ਤਾਂ ਸਾਡੇ ਕੋਲ ਆ ਗਿਆ ਕਿ ਦਿੱਤਾ ਹੈ, ਅਤੇ ਇਹ ਸਾਡੇ ਕੋਲ ਕੀ ਆ ਜਾਂਦੀ ਹੈ, ਇੱਕ ਭੁਜਾ ਜਿਸ ਨੂੰ ਅਸੀਂ ਲਿਖ ਦਾਂਗੇ S। ਸੋ ਇਸ ਤੋਂ ਬਾਅਦ ਸਾਡੇ ਕੋਲ ਕੀ ਆਉਂਦਾ ਹੈ, ਦੇਖੋ 90 ਡਿਗਰੀ 90 ਡਿਗਰੀ ਸਾਡੇ ਕੋਲ ਆ ਗਿਆ ਐਂਗਲ ADO ਇਜ਼ ਇਕੁਅਲ ਟੂ ਹੈ ਐਂਗਲ CBO। ਸੋ ਜੋ ਸਾਡੇ ਕੋਲ ਹੈ 90 ਡਿਗਰੀ, ਇਹ ਵੀ ਅਸੀਂ ਲਿਖਾਂਗੇ, ਸਾਡੇ ਕੋਲ ਜਿਹੜਾ ਹੈ ਇੱਕ ਇਹ ਸਾਡੇ ਕੋਲ S ਸੀਗੀ, ਇਹ ਸਾਡੇ ਕੋਲ ਇੱਕ ਐਂਗਲ ਆ ਜਾਂਦਾ ਹੈ। ਸੋ ਐਸੇ ਤਾਂ ਆ ਗਿਆ ਸਾਡੇ ਕੋਲ। ਹੁਣ ਦੇਖੋ ਸਾਡੇ ਕੋਲ ਕੀ ਆਉਂਦਾ ਹੈ, ਚੈਪਟਰ 6 ਦੇ ਵਿੱਚ ਅਸੀਂ ਸਿੱਖਿਆ ਕਿ ਜਦੋਂ ਦੋ ਰੇਖਾਵਾਂ ਆਪਸ ਵਿੱਚ ਇੱਕ ਦੂਸਰੇ ਨੂੰ ਕੱਟਦੀਆਂ ਹਨ ਤਾਂ ਉਹਨਾਂ ਦੇ ਜਿਹੜੇ ਸਿਖਰ ਸਨਮੁਖ ਕੋਣ ਹੁੰਦੇ ਹਨ, ਵਰਟੀਕਲੀ ਆਪੋਜ਼ਿਟ ਐਂਗਲਸ ਹੁੰਦੇ ਹਨ, ਆਪਸ ਵਿੱਚ ਬਰਾਬਰ ਹੁੰਦੇ ਹਨ। ਸੋ ਇੱਥੇ ਸਾਡੇ ਕੋਲ ਬਣਦੇ ਹਨ ਉਹ ਐਂਗਲ BOC ਬਰਾਬਰ ਹੋਏਗਾ ਐਂਗਲ DOA, ਜਿਸ ਨੂੰ ਅਸੀਂ ਲਿਖਾਂਗੇ ਸਿਖਰ ਸਨਮੁਖ ਕੋਣ, ਜੋ ਕਿ ਸਾਡੇ ਕੋਲ ਹੋਣਗੇ ਵਰਟੀਕਲੀ ਓਪੋਜ਼ਿਟ ਐਂਗਲਸ। ਸੋ ਵਰਟੀਕਲੀ ਓਪੋਜ਼ਿਟ ਐਂਗਲਸ ਕਿਹੜੇ ਹੋਣਗੇ, ਇਹ ਰੇਖਾਵਾਂ ਕੱਟ ਰਹੀਆਂ ਨੇ, ਇਹ ਕੋਣ ਆਪਸ ਵਿੱਚ ਬਰਾਬਰ ਹੋਣਗੇ, ਜਿਸ ਤਰ੍ਹਾਂ ਉਹ ਇਸ ਸਾਈਡ 'ਤੇ ਹੈ, ਇਸ ਸਾਈਡ 'ਤੇ ਵੀ ਸਾਡੇ ਕੋਲ ਉਹ ਕੋਣ ਬਣ ਰਿਹਾ ਹੈ। ਸੋ ਇਹ ਬਰਾਬਰ ਆ ਗਏ, ਇਸ ਲਈ ਤ੍ਰੈਭੁਜ AOD ਸਰਬੰਗਸਮ ਹੋਏਗੀ ਤ੍ਰੈਭੁਜ BOC ਦੇ। ਕਿਹੜੇ ਮਾਪਦੰਡ ਲੱਗੇਗਾ ਸਾਡੇ ਕੋਲ, ਦੇਖੋ ਇਹ ਵੀ ਸਾਡੇ ਕੋਲ ਐਂਗਲ ਆਇਆ ਹੈ, ਸਾਡੇ ਕੋਲ ਆ ਗਿਆ ASA। ਸੋ ਕਲੀਅਰ, ਇਹ ਸਾਡਾ ਹੋ ਗਈਆਂ ਦੋ ਤ੍ਰੈਭੁਜ ਜਿਹੜੀਆਂ ਸਰਬੰਗਸਮ ਹੋ ਗਈਆਂ। ਸੋ ਸਿੱਧ ਕੀ ਕਰਨਾ ਸੀ AO ਬਰਾਬਰ BO। ਸੋ ਧਿਆਨ ਰੱਖੋ ਜਦੋਂ ਦੋ ਤ੍ਰੈਭੁਜ ਸਰਬੰਗਸਮ ਹੋ ਜਾਂਦੀਆਂ ਹਨ ਤਾਂ ਉਸ ਦੇ ਵਿੱਚ ਸਾਡੇ ਕੋਲ ਇੱਕ ਭੁਜਾਵਾਂ ਜਿਹੜੀਆਂ ਇਹ ਵੀ ਆਉਂਦੀਆਂ ਹਨ, ਇਹ ਵੀ ਆਪਸ ਵਿੱਚ ਕੀ ਹੋਣਗੀਆਂ, ਬਰਾਬਰ ਹੋਣਗੀਆਂ। ਸੋ ਇਸ ਲਈ ਅਸੀਂ ਲਿਖਦੇ ਹਾਂ AO ਬਰਾਬਰ ਹੈ BO। ਸੋ ਬਾਏ ਲਿਖਾਂਗੇ ਅਸੀਂ CP CT, ਕੋਰਸਪੋਂਡਿੰਗ ਪਾਰਟਸ ਆਫ ਕੋਂਗਰੈਂਟ ਟ੍ਰਾਇੰਗਲਸ। ਸੋ ਜਦੋਂ ਵੀ ਦੋ ਤ੍ਰੈਭੁਜ ਸਰਬੰਗਸਮ ਹੋ ਜਾਂਦੀਆਂ ਹਨ, ਧਿਆਨ ਰੱਖਣਾ ਕਿ ਉਸ ਦੀਆਂ ਜਿਹੜੀਆਂ ਕੋਰਸਪੋਂਡਿੰਗ ਸਾਈਡਸ ਹੁੰਦੀਆਂ ਨੇ ਉਹ ਸਾਡੇ ਕੋਲ ਆਲਰੇਡੀ ਜਿਹੜੀਆਂ ਕਿ ਆਪਸ ਵਿੱਚ ਇਕੁਅਲ ਜਾਂ ਬਰਾਬਰ ਜਿਹੜੀਆਂ ਉਹ ਹੋ ਜਾਣਗੀਆਂ। ਕੁਸ਼ਚਨ ਫੋਰਥ ਦੇ ਵਿੱਚ ਸਾਡੇ ਕੋਲ ਗਿਵਨ ਕੀ ਹੈ, ਦਿੱਤਾ ਹੈ ਸਾਡੇ ਕੋਲ, ਦੇਖੋ ਤੁਹਾਡੇ ਕੋਲ ਦੋ ਰੇਖਾਵਾਂ ਦਿੱਤੀਆਂ ਹੋਈਆਂ ਨੇ L ਅਤੇ M, ਜੋ ਆਪਸ ਵਿੱਚ ਦਿੱਤੀਆਂ ਹਨ ਸਾਡੇ ਕੋਲ ਸਮਾਂਤਰ। ਨਾਲ ਹੀ ਨਾਲ ਸਾਡੇ ਕੋਲ ਇੱਕ ਰੇਖਾ P ਅਤੇ Q ਵੀ ਦਿੱਤੀ ਗਈ ਹੈ, ਉਹ ਵੀ ਆਪਸ ਵਿੱਚ ਕੀ ਹਨ, ਸਮਾਂਤਰ ਜਿਹੜੀਆਂ ਕਿ ਦਿੱਤੀਆਂ ਗਈਆਂ ਹਨ। ਸੋ ਸਾਨੂੰ ਸਿੱਧ ਕਰਨ ਨੂੰ ਜੋ ਕਿਹਾ ਹੈ, ਸਿੱਧ ਕਰੋ ਟ੍ਰਾਇੰਗਲ ABC ਸਰਬੰਗਸਮ ਹੈ ਟ੍ਰਾਇੰਗਲ ADC। ਸੋ ਅਸੀਂ ਆਪਣੀਆਂ ਟ੍ਰਾਇੰਗਲ ਜਿਹੜੀਆਂ ਉਹਨਾਂ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਇਹ ਸਾਡੇ ਕੋਲ ਟ੍ਰਾਇੰਗਲਸ ਹੈ, ਇੱਕ ਇਹ ਵਾਲੀ ਹੈ, ਦੂਸਰੀ ਸਾਡੇ ਕੋਲ ਇਹ ਵਾਲੀ ਹੈ। ਸੋ ਜੇਕਰ ਅਸੀਂ AC ਨੂੰ ਵਿੱਚੋਂ ਹਟਾ ਦਿੰਦੇ ਹਾਂ, ਦੇਖੋ ਤਾਂ ਸਾਡੇ ਕੋਲ ਜਿਹੜੀ ਤ੍ਰੈਭੁਜ ਨੇ ਦੋਵੇਂ ਖਤਮ ਹੋ ਜਾਂਦੀਆਂ ਹਨ। ਸੋ ਇਸਦਾ ਮਤਲਬ ਕਿ AC ਦੇ ਨਾਲ ਦੋ ਤ੍ਰੈਭੁਜ ਸਾਡੇ ਕੋਲ ਬਣ ਰਹੀਆਂ ਹਨ। ਸੋ ਸਭ ਤੋਂ ਪਹਿਲਾਂ ਲਿਖਾਂਗੇ ਅਸੀਂ AC ਬਰਾਬਰ ਹੈ AC, ਜੋ ਸਾਡੇ ਕੋਲ ਆਉਂਦੀ ਹੈ ਸਾਂਝੀ ਭੁਜਾ ਕੋਮਨ ਸਾਈਡ। ਸੋ ਇਹ ਸਾਡੇ ਕੋਲ ਕੋਮਨ ਸਾਈਡ ਆ ਗਈ, ਇਹਦਾ ਮਤਲਬ ਕਿ ਇੱਕ ਸਾਡੇ ਕੋਲ S ਆ ਗਈ, ਦੋਵਾਂ ਦੇ ਵਿੱਚ ਜਿਹੜੀ ਕਿ ਬਰਾਬਰ ਹੈ। ਸੋ ਫਿਰ ਅਸੀਂ P ਅਤੇ Q ਪਹਿਲਾਂ ਦੋ ਸਮਾਂਤਰ ਰੇਖਾਵਾਂ ਲੈਂਦੇ ਹਾਂ ਇਸ ਤਰ੍ਹਾਂ, ਜੋ ਦਿੱਤੀਆਂ ਗਈਆਂ ਹਨ। ਇਸ ਦੇ ਵਿੱਚ ਸਾਡੇ ਕੋਲ ਇੱਕ ਕਾਟਵੀਂ ਰੇਖਾ ਬਣਦੀ ਹੈ ਇਸ ਤਰ੍ਹਾਂ, ਜੋ ਸਾਡੇ ਕੋਲ ਇੱਥੇ ਬਣਦੀ ਹੈ, ਇੱਕ ਤਾਂ A ਪੁਆਇੰਟ, ਦੂਸਰਾ ਹੈ ਸਾਡੇ ਕੋਲ ਪੁਆਇੰਟ C। ਹੁਣ ਦੇਖੋ ਸਾਡੇ ਕੋਲ ਇਸ ਸਾਈਡ 'ਤੇ ਵੀ ਐਂਗਲ ਹੈ ਅਤੇ ਦੂਸਰਾ ਸਾਡੇ ਕੋਲ ਐਂਗਲ ਇਸ ਦਿਸ਼ਾ ਵਿੱਚ ਵੀ ਹੈ। ਸੋ ਅਸੀਂ ਲਿਖਦੇ ਹਾਂ ਕਿ ਦੇਅਰਫੋਰ ਲਿਖਦੇ ਹਾਂ, ਜਦੋਂ PQ
पी समांतर है क्यू दे, अते ए सी काटवीं रेखा है, काटवीं रेखा है। तो उस समय साडे कोल एंगल बी ए सी, देखो एंगल बी ए सी बराबर होएगा एंगल ए सी डी, इस वाले एंगल दे, ये दोवें कोण साडे कोल की हो गए आपस में बराबर। सो इत्थे साडे कोल की आ गया कि कोण बराबर हो गया साडे कोल, आ गया एक एंगल जिहड़ा है वो बराबर आ जाता है। हुण जदों कोल साडे कोल दोवें रेखावां एल ते एम समांतर हन, ये रेखा एल है ते ये एम है, तो साडे कोल फिर एक ए सी रेखा जिहड़ी असीं काटवीं रेखा मानदे हाँ, ठीक है। तो साडे कोल की बनता है, देखो एक साडे कोल एंगल इस दिशा में बन जाता है, दूसरा साडे कोल नीचे बन जाता है। ये दोवें कोण साडे कोल बराबर आ गए, ये साडे कोल इसनूं असीं लिखना है अंदरले एकांतर कोण, इंटीरियर अल्टरनेट एंगल्स, इंटीरियर अल्टरनेट एंगल्स। सो ये साडे कोल एक कोण जिहड़ा आ जाता है। फिर साडे कोल जदों ये बनता है तो साडे कोल आता है जदों एल समांतर एम है अते ए सी काटवीं रेखा है, तो उस समय की होंगे साडे कोल एंगल बी। हुण देखो साडे कोल ये वाला एंगल है, साडे कोल इस साइड ते पॉइंट है डी, साडे कोल एंगल इस साइड ते साडे कोल पॉइंट है बी बनया होया, बी सी ए एंगल इज इक्वल टू होएगा एंगल डी ए सी। सो ये साडे कोल बराबर हो गए, ये भी साडे कोल की आणगे इंटीरियर अल्टरनेट एंगल्स। सो सेम यही वाला आ जाएगा साडे कोल, हुण फिर साडे कोल एक एंगल जिहड़ा उह बराबर आ जाता है। इसलिए ट्रायंगल ए बी सी सरबंकसम होएगा ट्रायंगल ए डी सी दे, जां असीं की लिखिया सी ए बी सी ए डी सी दे, कि कसौटी लग जाएगी साडे को, देखो एस ए ए दो एंगल हैं साडे को आ गया ए एस ए। सो इस तरह साडे को दोवें त्रैभुज जिहड़े उह सरबंकसम एक दूसरे दे जिहड़े के हो जाते हैं। थैंक यू, हैव ए नाइस डे।